ਅਸੀਂ ਚਾਹੁੰਦੇ ਸੀ ਕਿ ਪਾਕਿਸਤਾਨ ਦੀ ਸਾਈਡ ਤੋਂ ਵੀ ਜੋ ਕੋਈ ਨੁਕਸਾਨ ਹੋਇਆ ਸੀ ਉਹਦੀ ਭਰਪਾਈ ਦਾ ਸਾਨੂੰ ਕੋਈ ਸੂਚਨਾ ਮਿਲ ਜਾਂਦੀ, ਬਟ ਕੋਈ ਅਫੀਸ਼ੀਅਲ ਇਨਫੋਰਮੇਸ਼ਨ ਸਾਨੂੰ ਹਜੇ ਤੱਕ ਨਹੀਂ ਆਈ ਹੈ। ਅਸੀਂ ਕਈ ਵਾਰ ਰਿਕੁਐਸਟ ਕੀਤੀ, ਇਨਫੋਰਮਲੀ ਸਾਨੂੰ ਦੱਸਿਆ ਗਿਆ ਕਿ ਉੱਥੇ ਵੀ ਹਾਲਾਤ ਹੁਣ ਠੀਕ ਨੇ। ਸੋ ਇਸ ਕਰਕੇ ਯਾਤਰੀਆਂ ਦੀ ਸੁਵਿਧਾ ਨੂੰ ਵੇਖਦੇ ਹੋਏ, ਉਹਨਾਂ ਦੇ ਕੰਫਰਟ ਲੈਵਲ ਨੂੰ ਵੇਖਦੇ ਹੋਏ, ਅਸੀਂ ਕੱਲ੍ਹ ਤੋਂ ਮੰਗਲਵਾਰ 25 ਜੁਲਾਈ ਤੋਂ ਜਿਹੜਾ ਇਹ ਕੋਰੀਡੋਰ ਦੀ ਯਾਤਰਾ ਸ਼ੁਰੂ ਕਰ ਰਹੇ ਨੇ। ਪਰ ਨਾਲ ਹੀ ਸਾਰੇ ਲੋਕਾਂ ਨੂੰ ਇਹ ਵੀ ਸਲਾਹ ਦਿੰਦੇ ਹਾਂ, ਐਡਵਾਈਜ਼ਰੀ ਜਾਰੀ ਕਰ ਰਹੇ ਹਾਂ ਕਿ ਜਿੱਥੇ ਤੱਕ ਹੋ ਸਕਦਾ ਹੈਗਾ, ਜਿਹੜੇ ਬਹੁਤ ਹੀ ਅਸੈਂਸ਼ੀਅਲ ਕੇਸਿਸ ਨੇ, ਜਿਹੜੇ ਕੋਈ ਬਾਹਰੋਂ ਆਏ ਨੇ ਜਿਨ੍ਹਾਂ ਨੇ ਬਹੁਤ ਹੀ ਜ਼ਰੂਰੀ ਯਾਤਰਾ ਬੋਲੀ ਹੋਈ ਸੀ, ਉਹੀ ਇੱਥੇ ਟਰੈਵਲ ਕਰਨ। ਜਿਹੜੇ ਕੋਈ ਲੋਕਲ ਨੇ, ਯੰਗ ਨੇ, ਦੁਬਾਰਾ ਅਪੁਆਇੰਟਮੈਂਟ ਲੈ ਸਕਦੇ ਨੇ, ਉਹ ਹਜੇ ਅਵੋਇਡ ਕਰਨ, ਕਿਉਂਕਿ ਹਜੇ ਵੀ 2-3 ਦਿਨ ਜਿਹੜੇ ਨੈਕਸਟ ਹੈ ਉਮੀਦ ਦੀ ਸੰਭਾਵਨਾ ਇਸ ਏਰੀਆ 'ਚ ਬਣੀ ਹੋਈ ਹੈ। अमर उजाला अब आपके टीवी पर भी। अपने स्मार्ट टीवी पर YouTube पर सर्च करें अमर उजाला, चैनल सब्सक्राइब करें और देखें ताजा खबरें, वो भी HD क्वालिटी में। और हाँ, बेल आइकन दबाना ना भूलें ताकि हर खबर हो आपके घर। अमर उजाला, निष्पक्ष, निर्भीक, निरंतर।